पंजाब सरकार दे वल्लों सिक्ख्या दा मयार उच्चा चुकन दे कई तरह दे दावे किए जा रहे हैं कि स्कूलों दे विच हर तरह दी सहूलतां बच्चों नूं दित्तियां जा रही ने। इत्थों तक कि प्राइवेट स्कूलों दे मुकाबले भी सरकारी स्कूल दे बच्चों नूं सहूलतां देण दे दावे किए जा रहे ने तां जो सरकारी स्कूलों नूं स्मार्ट बनाया जा सके। पर इस दे चलदा जिला पठानकोट दे हलका सुजानपुर दे विच पैंदे रणजीत सागर डैम दे पिंड थड़ा कलोनी दे विच सरकारी प्रायमरी स्कूल इन्हां सहूलतां तों कोहां दूर नज़र आ रहे। दरअसल सच्चाई उदों खुलदी है जो साडे चैनल दी टीम दे वल्लों स्कूल दा दौरा कीता जांदा है। वेख्या जांदा कि स्कूल बाहरों देखण नूं तां स्मार्ट लगदा पर अंदर जो हालात ने तुसीं खुद ही देख भी लो ते अध्यापकां तों सुण भी लो। ਮੈਡਮ ਕੀ ਨਾਮ ਤੁਹਾਡਾ? ਨੀਲਮ ਕੁਮਾਰੀ। ਕਿਹੜੇ ਸਕੂਲ 'ਚ ਲੱਗੇ ਦੇ ਹੋ? ਅਸੀਂ ਉੱਚੇ ਥੜੇ ਆਰਐਸ। ਸਰਕਾਰੀ ਸਕੂਲ ਹੈ? ਹਾਂਜੀ ਸਰਕਾਰੀ ਸਕੂਲ। ਕਿੰਨੇ ਬੱਚੇ ਹੈਗੇ ਸਕੂਲ 'ਚ? ਸਰ ਟੋਟਲ ਹੈਗੇ ਕੋਈ 20 ਬੱਚੇ। ਮੈਡਮ ਇਹ ਸਮਾਰਟ ਸਕੂਲ ਹੈਗਾ, ਇਹ ਲੱਗਦਾ ਸਮਾਰਟ ਸਕੂਲ ਹੈਗਾ? ਨਹੀਂ ਸਰ ਲੱਗਦਾ ਨਹੀਂ ਕੁਛ। ਜੇ ਬਿਜਲੀ ਦੀ ਗੱਲ ਕਰੀਏ, ਬਿਜਲੀ ਕਿੱਥੋਂ ਆ ਰਹੀ ਤੁਹਾਨੂੰ? ਬਿਜਲੀ ਸਰ ਡੈਮ ਦੀ ਬਿਜਲੀ ਹੈ। ਮੀਟਰ ਲੱਗੇਦਾ? ਨਹੀਂ ਸਰ। ਚੋਰੀ ਕਰਦੇ ਪਏ ਹੋ? ਕਿੰਨਾ ਸਮਾਂ ਹੋ ਗਿਆ ਮੀਟਰ ਨਹੀਂ ਲੱਗੇ ਨੂੰ? ਸਰ ਮੈਨੂੰ ਇੱਥੇ ਕੋਈ 18-19 ਸਾਲ ਹੋ ਗਿਆ ਇਹਦੇ ਨੂੰ, ਮੈਂ ਨਹੀਂ ਦੇਖਿਆ ਮੀਟਰ। ਹੋਰ ਵੀ ਅਧਾਰੇ ਹੈਗੇ ਜਿੱਥੇ ਮੀਟਰ ਨਹੀਂ ਲੱਗੇਦਾ ਇੱਥੇ ਤੁਹਾਡੇ ਘਰ? ਹੋਰ ਵੀ ਇਸ ਤਰ੍ਹਾਂ ਦੇ ਸਰਕਾਰੀ ਸਕੂਲ ਹੈਗੇ ਜਿੱਥੇ ਮੀਟਰ ਨਹੀਂ ਲੱਗੇਦੇ? ਸਰ ਪਤਾ ਨਹੀਂ, ਮੈਨੂੰ ਤਾਂ ਆਪਣੇ ਸਕੂਲ ਦਾ ਪਤਾ, ਇੱਥੇ ਕੋਈ ਮੀਟਰ ਨਹੀਂ ਹੈਗਾ, ਬਾਕੀ ਨਹੀਂ ਪਤਾ। ਦੱਸਣਯੋਗ ਹੈ ਕਿ ਸਕੂਲ ਦੀ ਪੁਰਾਣੀ ਇਮਾਰਤ ਨੂੰ ਜੋ ਖਸਤਾ ਹਾਲਤ ਦੇ ਵਿੱਚ ਉਸਨੂੰ ਰੰਗ ਰੋਗਣ ਕਰਕੇ ਸਮਾਰਟਤਾ ਬਣਾ ਦਿੱਤਾ ਹੈ। ਇੱਥੇ ਗੱਲ ਇਹ ਵੀ ਦੱਸ ਦਈਏ ਕਿ ਸਕੂਲ ਦੇ ਵਿੱਚ ਕੁੱਲ 20 ਦੇ ਕਰੀਬ ਛੋਟੇ ਛੋਟੇ ਬੱਚੇ ਪੜ੍ਹਦੇ ਨੇ ਜਿਨ੍ਹਾਂ ਨੂੰ ਸਿਰਫ 2 ਹੀ ਅਧਿਆਪਕ ਪੜ੍ਹਾ ਰਹੇ ਨੇ। ਇੱਥੋਂ ਤੱਕ ਕਿ ਇਹ ਵੀ ਦੇਖਿਆ ਗਿਆ ਕਿ ਸਕੂਲ ਦੇ ਵਿੱਚ ਮੀਟਰ ਤੱਕ ਵੀ ਨਹੀਂ ਹੈ ਅਤੇ ਸਿੱਧੀਆਂ ਤਾਰਾਂ ਜੋੜ ਕੇ ਬਿਜਲੀ ਦੀ ਸਪਲਾਈ ਕੀਤੀ ਗਈ ਹੈ। ਸਕੂਲ ਦੇ ਕਮਰਿਆਂ ਦੇ ਵਿੱਚ ਬਿਨਾਂ ਵਜ੍ਹਾ ਲਾਈਟਾਂ ਅਤੇ ਪੱਖੇ ਚੱਲ ਰਹੇ ਨੇ। ਦੱਸਣਯੋਗ ਕਿ ਹੁਣ ਤੱਕ ਕਈ ਸਰਕਾਰਾਂ ਆਈਆਂ ਪਰ ਇਸ ਸਕੂਲ ਨੂੰ ਅਣਗੌਲਿਆ ਕੀਤਾ ਗਿਆ, ਪਰ ਹੁਣ ਦੇਖਣਾ ਇਹ ਹੋਵੇਗਾ ਕਿ ਭਗਵੰਤ ਮਾਨ ਸਰਕਾਰ ਕਦੋਂ ਇਸ ਸਕੂਲ ਦੇ ਵੱਲ ਝਾਤ ਮਾਰਦੀ ਹੈ। ਪਠਾਨਕੋਟ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ, ਸਕਰੋਲ ਪੰਜਾਬ।